ਨਰਮੇ ਫਸਲ ਤੇ ਚਿੱਟੀ ਮੱਖੀ ਦੇ ਕਹਿਰ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਖੇਤੀਬਾੜੀ ਵਿਭਾਗ ਦੀ ਟੀਮ ਨੇ ਅੱਜ ਦੂਜੇ ਦਿਨ ਬਠਿੰਡਾ, ਮਲੋਟ ਅਤੇ ਅਬੋਹਰ ਦਾ ਦੌਰਾ ਕੀਤਾ। ਪਰ ਇਸ ਦੇ ਵਿਚਾਲੇ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਅਧਿਕਾਰੀਆਂ ਨੇ ਕੇਂਦਰ ਦੀ ਟੀਮ ਨੂੰ ਨੁਕਸਾਨ ਦੀ ਅਸਲ ਤਸਵੀਰ ਤੋਂ ਹੀ ਦੂਰ ਰੱਖਿਆ ਹੋਇਆ। ਨਰਮਾ ਪੱਟੀ ਇਲਾਕੇ ਵਿੱਚ ਘੁੰਮ ਰਹੀ ਇਸ ਟੀਮ ਨੇ ਦੂਜੇ ਦਿਨ ਵੀ ਚਿੱਟੀ ਮੱਖੀ ਦੇ ਕਹਿਰ ਨਾਲ ਹੋਏ ਫਸਲ ਦੇ ਨੁਕਸਾਨ ਦਾ ਜਾਇਜ਼ਾ ਲਿਆ। ਇਹ ਟੀਮ ਪਹਿਲੇ ਦਿਨ ਮਾਨਸਾ ਤੋਂ ਬਾਅਦ ਦੂਜੇ ਦਿਨ ਅਬੋਹਰ, ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਦੇ ਵੱਖ ਵੱਖ ਪਿੰਡਾਂ ਵਿੱਚ ਗਈ। ਪਰ ਕਿਸਾਨ ਇਸ ਟੀਮ ਦੇ ਦੌਰੇ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ। ਉਹਨਾਂ ਮੁਤਾਬਕ ਕੇਂਦਰੀ ਟੀਮ ਨੇ ਸਿਰਫ ਉਹੀ ਦੇਖਿਆ ਜੋ ਉਸਨੂੰ ਸਥਾਨਕ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੇਖਣ ਦਿੱਤਾ। ਉਹਨਾਂ ਮੁਤਾਬਕ ਨੁਕਸਾਨ ਦੀ ਅਸਲ ਤਸਵੀਰ ਤਾਂ ਵਿਭਾਗ ਦਿਖਾ ਹੀ ਨਹੀਂ ਰਿਹਾ। ਅੱਜ ਕਿ ਮੇਰੇ ਸੰਪਰਕ ਮੇਂ ਜੋ ਵੀ ਆਏ ਹਨ, ਮੈਂ ਤੋ ਜੋ ਮੇਰੇ ਨਾਲੇਜ ਮੇਂ ਆਇਆ ਵਹਾਂ ਤੱਕ ਤੋ ਕਿਸਾਨ ਬਹੁਤ ਜ਼ਿਆਦਾ ਦਿੱਕਤ ਮੇਂ ਨਹੀਂ ਦਿਖਾ। ਜਿਨ ਖੇਤੋਂ ਮੇਂ ਮੈਂ ਗਿਆ ਹੂੰ, ਖੇਤ ਵੀ ਮੁਝੇ ਠੀਕ ਦਿਖੇ ਹੈ। ਨਰਮਾ ਬਹੁਤ ਜ਼ਿਆਦਾ ਖਰਾਬ ਹੈ ਇੱਥੇ। ਜਿੱਥੇ ਨਰਮਾ ਚੰਗਾ ਸੀ ਉੱਥੇ ਲਿਆ ਕੇ ਜਾ ਕੇ ਮਹਿਕਮਾ ਆ ਗਿਆ ਇਹ। ਜਿੱਥੇ ਨਰਮਾ ਮਾੜਾ ਜਾ ਕੇ ਉੱਥੇ ਜਾਓ, ਤੁਹਾਨੂੰ ਇਹ ਚੀਜ਼ ਦਾ ਪਤਾ ਲੱਗੇ। ਬਿੱਲ ਵਾਲਾ ਸਾਡੇ ਕੋਲ ਸਾਰਾ ਬੀਜ, ਬਿੱਲ ਵਾਲੇ ਤੋਂ ਬੀਜ ਅਸੀਂ ਜਗਰਾਤੀ ਬੀਜ ਦਾ ਓੜਾ ਵੀ ਨਹੀਂ ਕੱਢਿਆ, ਪਰ ਸਾਡਾ ਨਰਮਾ ਗੋਡੇ ਤੋਂ ਬਾਅਦ ਨਹੀਂ। ਚਿੱਟੀ ਮੱਖੀ ਬਹੁਤ ਜ਼ਿਆਦਾ, ਜੂੰ ਹੈ, ਚਿੱਟਾ ਮੱਛਰ ਹੈ। ਕੋਈ ਇਹਦਾ ਵੇਖੋ ਵੀ ਉਲਾ ਉਲਾ ਵੀ ਕਰਕੇ ਦੇਖ ਲਈ, ਸਾਰੀਆਂ ਦਵਾਈਆਂ ਕਰਕੇ ਦੇਖ ਲਈਆਂ, ਕੋਈ ਕਿਸੇ ਦਾ ਰਿਜ਼ਲਟ ਨਹੀਂ ਮਿਲਿਆ ਮੈਨੂੰ। ਤੁਸੀਂ ਦੱਸੋ ਵੀ ਇਹ ਕਰਮਗੜ ਛਤਰਾ ਜੀ ਟੀਮ ਆਈ ਹੈਗੀ ਹੈ ਤੇ ਤੁਹਾਨੂੰ ਦੱਸਿਆ? ਨਹੀਂ ਜੀ, ਸਾਨੂੰ ਕੋਈ ਨਹੀਂ ਦੱਸਿਆ ਗਿਆ ਜੀ। ਅਸੀਂ ਤਾਂ ਆਪਦੇ ਕੰਮ ਆਏ ਸੀਗੇ ਇੱਥੇ ਜੀ, ਆਖਿਆ ਸੀ ਕਾਠ ਚ ਵਾਹਵਾ ਸੀਗਾ, ਅਸੀਂ ਇੱਧਰ ਵੇਖਣ ਆ ਗਏ ਨਰਮੇ ਚ ਤੇ ਟੀਮ ਆਈ ਸੀ, ਸਾਨੂੰ ਪਤਾ ਲੱਗਿਆ ਗਾ ਇਹ ਨਰਮਾ ਬਹੁਤ ਵਧੀਆ ਜੀ, ਟੀਮ ਆ ਕੇ ਇੱਥੇ ਵੇਖ ਗਈ ਹੈ, ਜਿੱਥੇ ਨਰਮਾ ਮਾੜਾ ਉੱਥੇ ਕੋਈ ਨਹੀਂ ਗਿਆ ਜੀ। ਕਿਸਾਨਾਂ ਮੁਤਾਬਕ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਇੱਥੇ ਪੁੱਜੇ ਜ਼ਰੂਰ ਸਨ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਵੀ ਨੁਕਸਾਨ ਦੀ ਅਸਲ ਤਸਵੀਰ ਦਿਖਾਈ ਹੀ ਨਹੀਂ ਗਈ। ਨਾਲ ਹੀ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਇਸ ਇਲਾਕੇ ਨਾਲ ਜੁੜੇ ਹੋਣ ਦੇ ਬਾਵਜੂਦ ਕਿਸਾਨਾਂ ਦੀ ਸਾਰ ਲੈਣ ਲਈ ਨਾ ਪੁੱਜਣ ਤੇ ਵੀ ਕਿਸਾਨ ਨਾਰਾਜ਼ ਨਜ਼ਰ ਆਏ। ਮਨਪ੍ਰੀਤ ਬਾਦਲ ਨੇ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਵੀ ਮੈਂ ਜਦੋਂ ਪੰਜਾਬ ਦੇ ਵਿੱਚ ਸਾਡੀ ਬਜ਼ਾਰਤ ਆਉਂਦੀ ਆ, ਪੰਜਾਬ ਦੇ ਨਾਲ ਨਾਲ ਮਾਨਸਾ ਔਰ ਬਠਿੰਡਾ ਜਿਹੜਾ ਮੇਰਾ ਹਲਕਾ ਨਿੱਜੀ ਹਲਕਾ ਇਹ, ਇੱਥੋਂ ਦੇ ਲੋਕਾਂ ਦੀ, ਇੱਥੋਂ ਦੇ ਕਿਸਾਨਾਂ ਦੀ, ਗਰੀਬਾਂ ਮਜ਼ਦੂਰਾਂ ਦੀ ਸਾਰ ਰੱਖੂੰਗਾ ਔਰ ਇੱਥੋਂ ਜਿਹੜਾ ਖਜ਼ਾਨੇ ਦਾ ਮੂੰਹ ਆ ਇਹਨਾਂ ਲੋਕਾਂ ਵੱਲ ਰੱਖੂੰਗਾ। ਪਰ ਮੈਨੂੰ ਨਹੀਂ ਲੱਗਦਾ ਵੀ ਉਸ ਦੇ ਕੋਈ ਖਜ਼ਾਨਾ ਮੰਤਰੀ ਬਣਨ ਤੋਂ ਬਾਅਦ ਉਹਦੇ ਕੰਨ 'ਤੇ ਕੋਈ ਜੂੰ ਸਰਕੀ ਆ। ਨਾ ਇਹ ਕਿਸਾਨ ਹਮਾਇਤੀ ਆ, ਨਾ ਮਜ਼ਦੂਰ ਹਮਾਇਤੀ ਆ, ਇਹ ਸਰਾਸਰ ਡਰਾਮੇਬਾਜ਼ ਆ, ਧੋਖੇਬਾਜ਼ ਆ। ਚਿੱਟੀ ਮੱਖੀ ਨਾਲ ਕਿਸਾਨ ਦਿਨੋਂ ਦਿਨ ਨਰਮਾ ਵਾਹੁੰਦੇ ਨੇ। 15 ਅਗਸਤ 'ਤੇ ਆਏ ਸੀ, ਜੇ ਉਹ ਕਿਸਾਨਾਂ ਦਾ ਹਮਾਇਤੀ ਹੁੰਦਾ ਤਾਂ ਖੇਤਾਂ ਦੇ ਵਿੱਚ ਜਾਂਦਾ, ਕਿਸਾਨਾਂ ਦੀ ਸਾਰ ਲੈਂਦਾ, ਕਿਸਾਨ ਆਗੂਆਂ ਨਾਲ ਬੈਠ ਕੇ ਕੋਈ ਗੱਲਬਾਤ ਕਰਦਾ ਵੀ ਭਾਈ ਆਪਾਂ ਸਲੂਸ਼ਨ ਕੱਢਦੇ ਹਾਂ। ਕੇਂਦਰੀ ਟੀਮ ਦਾਅਵਾ ਕਰ ਰਹੀ ਹੈ ਕਿ ਚਿੱਟੀ ਮੱਖੀ ਕਰਕੇ ਫਸਲ ਦਾ ਕੋਈ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੈ, ਪਰ ਸੱਚਾਈ ਇਹ ਹੈ ਕਿ ਜ਼ਮੀਨੀ ਹਕੀਕਤ ਤੋਂ ਦੌਰਾ ਕਰਨ ਵਾਲੀ ਟੀਮ ਅਣਜਾਣ ਹੈ ਜਾਂ ਫਿਰ ਉਸਨੂੰ ਅਣਜਾਣ ਰੱਖਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, PTC ਨਿਊਜ਼।